ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਾਨ ਨੂੰ ਕਰਨਾ ਕਲਿੱਕ, ਤਾਂ ਕਿ ਹਮੇਸ਼ਾ ਹੀ ਤਰ੍ਹਾਂ ਮੇਰੇ ਵੀਰਾਂ ਨੂੰ ਮਿਲਦਾ ਰਹੇ ਨੋਟੀਫਿਕੇਸ਼ਨ ਸਭ ਤੋਂ ਪਹਿਲੇ। ਤਾਂ ਜਨਾਬ ਇੱਕ ਦੂਸਰਾ ਸੁਹਾ ਜਨਾਬ ਸੱਜਣ ਮਾਜ ਸੂਈ ਹੈ ਮਗਰ ਕੱਟੀ ਦੁੱਧ ਅੱਲਾ ਦੇ ਫਜ਼ਲ ਕਰਮ ਨਾਲ ਗਰੰਟੀ ਹੋਵੇਗੀ ਪੂਰੀ ਬਰੀਕ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ, ਬਾਕੀ ਜਨਾਬ ਖੱਬੇ ਧਾਵਾਨਾ ਮੁੱਠ ਮੁੱਠ ਤੇ ਥਣ ਪੂਰੀ ਜਨਾਬ ਗਿੱਠ ਗਿੱਠ ਤੇ ਵਿਰਲ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾਲ ਨਸੀਬ ਦੇ ਭਰਾਵਾਂ ਨੂੰ ਨੀਲੀ ਦੇ ਜਾਨਵਰ ਵਿਖਾਏ ਜਾਂਦੇ ਨੇ ਮਾਸ਼ਾਲਾ ਤੇ ਮਾਸ਼ਾਲਾ ਦੇ ਕਮੈਂਟ ਜ਼ਰੂਰ ਕਰਨੇ ਨੇ। ਬਾਕੀ ਜਨਾਬ ਧੁੰਨੀ ਕੌੜੀ ਦਾ ਬਿਲਕੁਲ ਨਿਸ਼ਾਨ ਕੋਈ ਨਹੀਂ, ਚਾਰੇ ਖੁਰ ਮਾਸ਼ਾਲਾ ਇੱਕੋ ਜਿਹਾ, ਲੰਮੀ ਕੰਨੀ ਮਾਸ਼ਾਲਾ। ਬਾਕੀ ਜਨਾਬ ਮਾਝ ਦੇ ਆਰ ਪਾਰ ਪੂਰੇ ਅੱਲਾ ਦੇ ਫਜ਼ਲ ਕਰਮ ਨਾਲ ਖੁੱਡਾ ਪੁੱਠਾ ਢਾਕ ਕੈਮਰੇ ਮੇਰੇ ਦੀ ਨਜ਼ਰ ਹੈ, ਬਾਕੀ ਹਵਾਨਾ ਗੱਲਾਂ ਨਾਲ ਨਹੀਂ ਇਨਸ਼ਾਲਾ ਕੰਮ ਕਰਕੇ ਭਰਾ ਨੂੰ ਵਿਖਾਈਦਾ। ਪੁੱਛਦੇ ਜਿਵੇਂ ਜਨਾਬ ਡੋਰ ਹੁੰਦੀ ਹੈ ਖੱਬੇ ਦਾ ਹਵਾਨਾ, ਸੋਹਣਾ ਥਣ ਮਾਸ਼ਾਲਾ ਪੂਰੀ ਲੋਕੇਸ਼ਨ ਤੇ ਇੱਕ ਫੁੱਟ ਜਨਾਬ ਖੁੱਡਾ ਅੱਲਾ ਦੇ ਫਜ਼ਲ ਨਾਲ ਢਾਕ ਜਨਾਬ ਗਿੱਠਾ ਮਿਣ ਸਕਦਾ ਕੋਈ, ਬਾਕੀ ਮਾਝ ਦਾ ਕਵਾ ਅੱਲਾ ਦੇ ਫਜ਼ਲ ਨਾਲ ਕੋਈ ਨਹੀਂ ਦਾ, ਬਾਕੀ ਕੰਨੀ ਲੰਮੀ ਨਿੱਕੀ ਨਿੱਕੀ ਸਿੰਗੀ ਮੱਥਾ ਸਫੈਦ ਮੁੱਛ ਬੱਗੀ ਬਿੱਲੀ ਅੱਖ। ਬਾਕੀ ਭਰਾਵਾਂ ਨੂੰ ਮੇਰਾ ਕੈਮਰਾਮੈਨ ਚਾਰ ਸਿਰ ਤਸੱਲੀ ਨਾਲ ਵਿਖਾ ਰਿਹਾ। ਬਾਕੀ ਇਹ ਸੱਜਣ ਸੂਈ ਖੜੀ ਹੈ, ਕਿੰਨੇ ਦਿਨ ਹੋ ਗਏ ਨੇ, ਕਿੰਨਾ ਮਾਲਕ ਜਨਾਬ ਇਹਦਾ ਪਿਆਰ ਤੇ ਮੁਹੱਬਤ ਵਾਲਾ ਮੁੱਲ ਕਰਦਾ, ਉਹ ਸਾਰੀਆਂ ਗੱਲਾਂ ਜਨਾਬ ਮਾਲਕ ਨੂੰ ਸਾਂਝੀਆਂ ਲੈ ਕੇ ਦਿੰਦੇ ਹਾਂ। ਮੱਝ ਬੜੀ ਜਨਾਬ ਇੱਕ ਤੋਹਫਾ ਅੱਲਾ ਦੇ ਫਜ਼ਲ ਕਰਮ ਨਾਲ ਬਰੀਕ ਅੱਲਾ ਦੇ ਫਜ਼ਲ ਨਾਲ ਪੂਰੀ, ਬਾਕੀ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾਲ ਨਸੀਬ ਦੇ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ ਭਾਈ ਸਾਹਿਬ, ਕੀ ਹਾਲ ਚਾਲ ਹੈ? ਅਲਹਮਦੁਲਿਲਾ ਜੀ। ਲਓ ਜੀ, ਸਭ ਤੋਂ ਪਹਿਲੇ ਭਾਈ ਇਹ ਦੱਸਣਾ ਵੀ ਆਪ ਜੀ ਮੱਝ ਸੱਜਰੀ ਸੂਈ ਹੈ? ਭਾਈ ਸਾਹਿਬ ਮੱਝ ਪਰਸੋਂ ਦੀ ਸੂਈ ਹੈ, ਸਾਨੂੰ ਬੜੀ ਜਲਦੀ ਹੈ, ਤੁਸੀਂ 12 ਵਜੇ ਵੀਡੀਓ ਲੈ ਜਾਂਦਾ, ਕਿਤੇ ਮੈਂ 4 ਵਜੇ ਵੀਡੀਓ ਲਾਵਾਂ ਜਾਂ 6 ਵਜੇ ਜਦੋਂ ਮੈਨੂੰ ਟਾਈਮ ਹੋ ਜਾਂਦਾ, ਠੀਕ ਹੈ? ਫਿਰ ਮੈਂ ਤੈਨੂੰ ਦੱਸਦੀ ਵੀ ਮੈਂ ਕੋਲ ਲੇਵਾ ਕਿੰਨਾ ਕੇ। ਸਹੀ ਗੱਲ ਅੱਗੇ ਤੂੰ ਮੇਰੀ ਮੈਂ ਵੀਡੀਓ ਲੈ ਜੀ, ਤੈਨੂੰ ਦੱਸਿਆ ਸੀ ਮੈਂ ਅੱਲਾ ਤੋਂ 21 ਪੂਰੇ ਨੇ ਮੈਂ ਦੇ, ਅੱਛਾ, ਤੇ ਗੱਬਣ ਮੈਂ ਤੈਨੂੰ ਦਿੱਤੀ ਸੀ, ਬਿਲਕੁਲ ਦਿਲ ਲੈ ਕੇ, ਤੇ ਜਿਹੜੀਆਂ ਗੱਲਾਂ ਨੇ ਕੀਤੀਆਂ ਬੰਦਾ ਗੱਬਣ ਲੈ ਗਿਆ, ਕੋਈ ਆਰਾਮ ਆਇਆ ਤਾਂ ਗੱਲ ਕਰ, ਅਲਾਮਾ ਆਇਆ ਤਾਂ ਉਹ ਭਰਾ ਵੇਦੇ ਭਾਈ ਅੱਲਾ ਤੋਂ ਨਾਲ ਇਹ ਹਜੀ ਸਾਹਿਬ ਕੱਚ ਦੀ ਓ ਕੱਚ ਦਾ ਖਿਲਾਉਣਾ ਹੀ ਓ ਕੱਚ ਦਾ ਖਿਲਾਉਣਾ ਇਨਸ਼ਾਅੱਲਾ ਤਾਲਾ, ਅੱਛਾ, ਇਹ ਸਿਰਫ ਮਾਰ ਲਿਆ ਸਲਾਬ ਨੇ ਆ ਦਰਿਆ ਦੇ, ਦਰਿਆ ਨੇ ਠੀਕ ਹੈ, ਪੱਠਿਆਂ ਦੀ ਕਮੀ ਰਹੀ, ਮੈਂ ਥੋੜੀ ਜਿਹੀ ਬਰੀਕ ਮੈਂ ਸੀ ਬੜੀ, ਠੀਕ ਹੈ, ਮੈਂ ਧੁੰਨੀ ਵੇਖ, ਮੈਂ ਕੋਲੀ ਵੇਖ, ਲੰਬਾਈਆਂ ਵੇਖ ਛੋਟੀ ਦੀਆਂ, ਉਹ ਸਾਰੀਆਂ ਗੱਲਾਂ ਭਰਾ ਵੇਖ ਲੈਂਦੇ ਹੁੰਦੇ ਨੇ, ਹਾਂਜੀ, ਇਹ ਬਰੀਕੀਆਂ ਵੀ ਪੂਰੀਆਂ ਵੇਖ ਲੈਂਦੇ, ਹਾਂਜੀ, ਪੂਰੀ ਕੱਚ ਦੀ ਬਣੀ, ਕੱਚ ਦੀ ਬਣੀ, ਕੱਚ ਦਾ ਖਿਲਾਉਣਾ ਇਨਸ਼ਾਅੱਲਾ। ਦੂਸਰਾ ਸੂਆ ਸੂਈ ਹੈ ਸੱਜਰ ਸੂਈ, ਸੱਜਰ ਸੂਈ ਬਾਈ, ਤੇ ਮਗਰ ਵੀ ਕੱਟੀ, ਮਗਰ ਬਾਈ ਬਾਈ ਕੱਟਿਆ ਕੱਟੀ ਵੇਖ ਲਾ, ਨਾੜੂ ਨਾਲ ਦੰਦ ਵੇਖ ਲਾ ਕੱਟੀ ਦੇ, ਜੇ ਤੁਹਾਨੂੰ ਕੋਈ ਸ਼ੱਕ ਹੋਵੇ ਨਾ, ਹਾਂਜੀ, ਪਤਾ ਨਹੀਂ ਦੋ ਚੌਂ ਦਿਨਾਂ ਦੀ ਸੂਈ ਹੈ, ਇਹ ਇੱਧਰ ਵੇਖ ਲੈ, ਠੀਕ ਹੋ ਗਿਆ, ਮਗਰ ਕੱਟੀ, ਅੱਛਾ ਜੀ, ਆਪਣੀ ਸੂਈ ਕੱਲ ਅੱਜ ਬੋਲੇ ਜੇ ਮੈਂ ਬੋਲੇ ਜੇ ਮੱਝ, ਹਾਂਜੀ, ਉਹਨਾਂ ਦੀ ਆਪਣੀ ਗਰੰਟੀ, ਬਿਲਕੁਲ ਗਰੰਟੀ, ਕੋਈ ਭਰਾ ਆਵੇ ਜਾਂ ਨਾ ਆਵੇ, ਨਾ ਆਵੇ ਆਵੇ ਸਤ ਬਿਸਮਿਲ੍ਲਾ ਆ ਲੈ ਜਾਵੇ, ਚੁਆਈ ਦੇ ਵਿੱਚ ਅਗਰ ਕੋਈ ਵੀ ਆਪਣੀ ਆਪਣੀ ਜ਼ਿੰਮੇਵਾਰੀ ਬਈ, 19-20 ਵੀ ਹੋਇਆ, ਛੱਟਾ ਭਾਰਾ ਗੰਡ ਮਰੋੜੀ ਚੋਣ ਸਖਤਾ ਹੋਇਆ ਤਾਂ ਵੀ ਆਪਣੀ ਜ਼ਿੰਮੇਵਾਰੀ, ਅੱਛਾ, ਚੋਣ ਪੋਲਾ ਨਾ ਹੋਵੇ, ਮੈਂ ਦਾ ਖਿੱਲ ਮੱਝ, ਖਿੱਲ ਮੱਝ ਨਾ ਹੋਵੇ, ਜਿੱਦਾਂ ਦੇ ਥਾਂ ਇੱਦਾਂ ਦਾ ਚੋਣ, ਏਡਾ ਮੋਟਾ ਚੋਣ ਨਾ ਹੋਵੇ ਤਾਂ ਵੀ ਮੈਂ ਆਪਾਂ ਜ਼ਿੰਮੇਵਾਰ, ਜੈਨਮਨ ਦੂਸਰਾ ਸੁਆ, ਜੈਨਮਨ ਦੂਸਰਾ ਮੱਝ ਦੱਸਦੀ ਫਿਰ, ਅੱਛਾ, ਅੱਛਾ, ਇਹ ਗੱਲਾਂ ਹੋ ਗਿਆ, ਹੁਣ ਇਹਦੇ ਥੱਲੇ ਹਾਜ਼ਰ ਵਕਤ ਸੱਜਰ ਸੂਈ ਖੜੀ ਬੋਲਾ, ਆਪਾਂ ਜਿਹੜਾ ਭਰਾ ਕਰੇ ਵੀ ਜਾ ਕੇ, ਬਾਈ ਹਾਜ ਸਾਹਿਬ ਗੱਲ ਸੁਣ, ਅੱਜ ਚੌਥਾ ਡੰਗ ਮੈਂ ਚੋਈ ਕਰਾਉਣੀ, ਚੌਥਾ ਪੰਜਵਾਂ ਡੰਗ,
ਤੇ ਬੋਲੇ ਦੇ ਵਿੱਚ ਬੋਲਾ ਮੈਂ ਮੇਰਾ ਅੰਦਾਜ਼ਾ ਬੋਲਾ ਮੈਂ ਬੱਚੇ ਨੂੰ ਰਜਾ ਕੇ 10 ਕਿਲੋ ਕਰੂੰਗੀ 10 ਕਿਲੋ ਕਰੇਗੀ ਠੀਕ ਹੋ ਗਿਆ ਦਿਨਾਂ ਬਾਅਦ ਗੱਲ ਕਰੇ ਨਾ ਮੈਂ 7-8 ਦਿਨ ਬਾਅਦ ਇਹਦਾ 20 ਸੈਂਟ ਦੁੱਧ ਝੂਠ ਬਈ ਹਾਂਜੀ ਕਿਉਂਕਿ ਜਦੋਂ 8 ਸੈਂਟ ਦੀ ਨਾ ਮੈੜਾ ਗਲਤ ਬਿਆਨ ਨੀ ਕਰਨੀ ਨੀ ਅੱਲਾ ਤੋਂ ਕਮਨਾਲ ਸ਼ੈ ਉਹ ਦੱਸਣੀ ਜਿਹੜੀ ਹੈ ਉਹਨੇ ਦਾ ਪਿਆਰ ਮੁਹੱਬਤ ਵਾਲਾ ਮੁੱਲ ਜਿੱਥੇ ਆਪਾਂ ਵੇਚਣੀ ਡਿਮਾਂਡ ਨੀ ਕਰਨੀ ਜਿਹੜੇ ਵਪਾਰੀ ਭਾਈ ਸਾਹਿਬ ਜਦੋਂ ਮੱਝ ਨੂੰ ਵੇਖਿਆ ਤਾਂ ਡਿਮਾਂਡ ਕਰਦਾ 5 ਲੱਖ ਕਰਾਂ ਅੱਛਾ ਲੇਕਿਨ ਵੇਚਣ ਵਾਲਾ ਕੰਮ ਕਰ ਜਦੋਂ ਮੱਝ ਨੂੰ ਵੇਖੀਏ ਤਾਂ ਮੱਝ ਬਾਰ ਬਾਰ ਵੇਖੀਏ ਮੈਂ ਲੋਕੇਸ਼ਨ ਆ ਚੱਡੇ ਦੀ ਸਜਾਵਟਾਂ ਵੇਖ ਲਾ ਦੋ ਗੁਮਨਾਲ ਫਿਰ ਪੁੱਛਲ ਵਿੱਚ ਧਾਗੇ ਵਰਗਾ ਮੈਂ ਦਾ ਤੁਸੀਂ ਇਹ ਗੱਲ ਕਰਦੇ ਹੋ ਤੁਸੀਂ ਟਾਈਮ ਟੂ ਟਾਈਮ ਵੀਡੀਓ ਪਾਓ ਨਾ ਯਾਰ ਤੁਸੀਂ ਟਾਈਮ ਟੂ ਟਾਈਮ ਵੀਡੀਓ ਨਹੀਂ ਪਾਉਂਦੇ ਤੁਸੀਂ 12 ਵਜੇ ਵੀਡੀਓ ਆ ਮੇਰੀ ਗੱਲ ਸੁਣ ਭਾਈ ਸਾਹਿਬ ਬੋਲੇ ਜੀ ਮੈਂ ਐਵੇਂ ਜਰੂਰ ਹੋਵੇਗਾ ਲੈਣੇ ਦੇਣੇ ਮੁਕੱਦਰ ਸੌਦਾ ਨਾ ਨਸੀਬ ਦੇ ਫਿਰ ਵਸੀਲ ਮੂੰਹ ਦੀ ਵਸੀਲ ਗਰੀਬ ਏ ਅੱਛਾ ਹਾਂਜੀ ਬਾਲ ਮੂੰਹ ਫੜ ਲੈਣ ਮੈਂ ਦਾ ਸੋਹਣੀ ਗੱਲ ਹੈ ਇੱਕੋ ਜਿਹੀ ਅੱਖ ਹਾਂ ਇੱਕੋ ਜਿਹੀ ਬਲਬਾ ਵਰਗੀ ਅੱਖਾਂ ਨੇ ਮੈਂ ਦੀਆਂ ਐਨ ਉਹ ਮੈਂ ਟੁਰਦੇ ਤੇਰਾ ਅੱਛਾ ਤੋਰ ਜਿਹੜਾ ਕੱਢਣ ਦੇ ਮੈਂ ਫਿਰ ਆਖੇਗਾ ਪਤਰੀ ਪੈੜੇ ਤੇ ਮੈਂ ਚੱਡਾ ਵਿਖਾਈ ਜਾਂਦੀ ਖੜੀ ਲਓ ਜੀ ਟੁਰਦੀ ਫਿਰਦੀ ਇਨਸ਼ਾਅੱਲਾ ਹਵਾਨਾ ਉਹਨਾਂ ਹੀ ਜਨਾਬ ਅੱਗੇ ਉਹਨਾਂ ਹੀ ਪਿੱਛੇ ਅੱਲਾ ਦੇ ਹੁਕਮ ਨਾਲ ਮੱਥਾ ਸਫੈਦ ਬਿੱਲੀ ਅੱਖ ਮਾਸ਼ਾਅੱਲਾ ਬਾਕੀ ਜਨਾਬ ਕੰਨੇ ਵਲਾਇਤ ਤੇ ਬਾਕੀ ਹੱਡੀ ਮਾਸ਼ਾਅੱਲਾ ਪੂਰੀ ਕੱਚ ਦੀਆਂ ਵੰਗਾਂ ਕਿਸੇ ਲੇਵਾ ਵੇਖ ਮੈਂ ਦਾ ਸਾਡੇ ਸੱਜਣ ਵੀਰ ਨੂੰ ਪਸੰਦ ਆਵੇ ਤੇ ਇਨਸ਼ਾਅੱਲਾ ਰੇਟ ਵੀ ਜ਼ਰੂਰ ਹੋਵੇਗਾ ਮੁਹੱਬਤ ਪਿਆਰ ਇਨਸ਼ਾਅੱਲਾ ਹਰ ਵੀਡੀਓ ਚ ਆਖੀਦਾ ਬਾਕੀ ਨੰਬਰ ਆਪਣਾ ਸਕਰੀਨ ਤੇ ਚੱਲਦਾ 0348-067-8468 ਇਹ ਜਨਾਬ ਆਪਣਾ ਵਟਸਐਪ ਨੰਬਰ ਹੈ ਇਹ ਜਨਾਬ ਆਪਣਾ ਇਮੋ ਨੰਬਰ ਹੈ ਮਿਲਾਂਗੇ ਜਨਾਬ ਇੱਕ ਕੱਚੀ ਤੇ ਨਵੀਂ ਵੀਡੀਓ ਦੇ ਨਾਲ ਕੱਟੀ ਵਿਖਾਈ ਮੈਂ ਦੀ ਕੱਟੀ ਵੇਖਣ ਵਾਲੇ ਕੱਟੀ ਕੈਸੀ ਪਿਆਰੀ ਮੈਂ ਨੇ ਦਿੱਤੀ ਜਿੰਦਾਬਾਦ ਐਨ ਮਾਵਰੀ ਕੱਢੀ ਅੱਖਾਂ ਚਿੱਟੀਆਂ ਪੈਰ ਧੋਤੇ ਹੋਏ ਪਿਛਲੇ ਦੋਵੇਂ ਠੀਕ ਹੋ ਗਏ ਦੋਵੇਂ ਪੈਰ ਧੋਤੇ ਹੋਏ ਹੈ ਠੀਕ ਹੋ ਗਏ ਜੀ